ਸੋ ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਜਿਹੜੀ ਹੈਗੀ ਰਾਤ ਨੂੰ ਇੱਕ ਜਿਹੜੀ ਘਟਨਾ ਵਾਪਰੀ ਹੈਗੀ ਆ ਜਿਹਦੇ ਵਿੱਚ ਕਿ ਜਿਹੜਾ ਹੈਗਾ ਸੰਗਤ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ ਇੱਕ ਮਹਿਲਾ ਵੱਲੋਂ ਜਿਹੜੀ ਹੈਗੀ ਆ ਸ਼ਰਾਬੀ ਸ਼ਰਾਬ ਪੀਤੀ ਹੋਈ ਸੀਗੀ ਉਸੇ ਹਾਲਾਤ ਦੇ ਵਿੱਚ ਜਿਹੜਾ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜੀ ਉਹ ਬੈਠੀ ਸੀਗੀ ਸੋ ਸੇਵਾਦਾਰਾਂ ਨੇ ਉਹਨਾਂ ਨੂੰ ਹਟਾਇਆ ਸੋ ਉਹ ਜਦੋਂ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਜਦੋਂ SGPC ਦੇ ਜਿਹੜੇ ਦਫ਼ਤਰ ਜਿਹੜਾ ਹੈਗਾ ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੇਜਰ ਸਾਹਿਬ ਦੇ ਰੂਮ ਦੇ ਵਿੱਚ ਲਿਆਇਆ ਗਿਆ ਸੋ ਇੱਥੇ ਜਿਹੜੀ ਹੈਗੀ ਆ ਇਸੇ ਲੋਕੇਸ਼ਨ ਦੇ ਉੱਤੇ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਤਸਵੀਰਾਂ ਮੈਨੇਜਰ ਸਾਹਿਬ ਦੇ ਰੂਮ ਦੇ ਵਿੱਚ ਉਸ ਜਿਹੜੀ ਹੈਗੀ ਔਰਤ ਨੂੰ ਲਿਆਇਆ ਜਾਂਦਾ ਹੈਗਾ ਸੋ ਇਸ ਜਗ੍ਹਾ ਤੇ ਜਿਸ ਸਪੋਟ ਤੇ ਅਸੀਂ ਖੜੇ ਆ ਇੱਥੇ ਹੀ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਪਰਮਿੰਦਰ ਸਿੰਘ ਵੱਲੋਂ ਜਿਹੜਾ ਹੈਗਾ ਇੱਕ ਤੋਂ ਬਾਅਦ ਇੱਕ ਜਿਹੜੇ ਹੈਗੀਆਂ 5 ਗੋਲੀਆਂ ਉਸ ਮਹਿਲਾ ਦੇ ਉੱਤੇ ਜਿਹੜੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਮਹਿਲਾ ਦੇ ਕੋਲੋਂ ਜਿਹੜਾ ਹੈਗਾ ਅਲਕੋਹਲ ਦੀ ਜਿਹੜੀ ਸ਼ਰਾਬ ਦੀ ਇੱਕ ਜ਼ਰੂਰ ਜਿਹੜੇ ਹੈਗੇ ਆ ਬੋਤਲ ਵੀ ਉੱਥੋਂ ਬਰਾਮਦ ਹੁੰਦੀ ਹੈਗੀ ਆ ਸੋ ਸਾਡੇ ਨਾਲ SGPC ਦੇ ਜਿਹੜੇ ਮੈਂਬਰ ਨੇ ਉਹ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਪੂਰਾ ਘਟਨਾਕ੍ਰਮ ਆਖਰ ਕੀ ਹੈ ਸਰ ਕੀ ਨਾਮ ਹੈ ਤੁਹਾਡਾ ਸਤਵਿੰਦਰ ਸਿੰਘ ਟੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਟੋੜਾ ਸਾਹਿਬ ਪੂਰਾ ਘਟਨਾਕ੍ਰਮ ਕੀ ਸੀਗਾ ਕਿੰਨੇ ਵਜੇ ਦੀ ਜਿਹੜੀ ਘਟਨਾ ਸੀਗੀ ਇਹ ਰਾਤੀ ਜਦੋਂ ਸੰਗਤ ਵਾਜ ਦੀ ਸੇਵਾ ਕਰਦੀ ਹੈ ਤਾਂ ਇੱਕ ਔਰਤ ਨਸ਼ੇ ਦੀ ਹਾਲਤ ਵਿੱਚ ਨਸ਼ਾ ਕਰ ਰਹੀ ਸੀ ਪਰ ਕਰਮਾਂ 'ਚ ਬੈਠ ਕੇ ਸਰੋਵਰ ਦੇ ਨਾਲ ਤੇ ਉਹਨੂੰ ਫੜ ਕੇ ਜਦੋਂ ਇੱਥੇ ਸਾਡੇ ਸੇਵਾਦਾਰ ਲੈ ਕੇ ਆ ਰਹੇ ਸੀਗੇ ਇੱਥੇ ਉਹਨਾਂ ਨੂੰ ਹੱਥੋਂਪਾਈ ਵੀ ਹੋਈ ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਫੋਨ ਕਰ ਦਿੱਤਾ ਗਿਆ ਜਦੋਂ ਪੁਲਿਸ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਜਿਹੜਾ ਸ਼ਰਧਾਲੂ ਸਿੱਖ ਸੀਗਾ ਤੇ ਉਹ ਬਰਦਾਸ਼ਤ ਨਹੀਂ ਕਰ ਸਕਿਆ ਗੁਰੂ ਵੇਦ ਵੀ ਤੇ ਉਹਨੇ ਆਪਣੇ ਮੁਤਾਬਕ ਉਹਦੀ ਕਾਰਵਾਈ ਕਰ ਦਿੱਤੀ ਸਰ ਕਿਸ ਤਰ੍ਹਾਂ ਦੇਖਦੇ ਹੋ ਪੂਰਾ ਘਟਨਾਕ੍ਰਮ ਹੈਗਾ ਕਿਉਂਕਿ ਸਰੋਵਰ ਸਾਹਿਬ ਤੋਂ ਜਿਹੜਾ ਹੈਗਾ ਕਾਫੀ ਜਿਹੜਾ ਵਖਵਾ ਹੈਗਾ ਸੋ ਪੁਲਿਸ ਪਾਰਟੀ ਵੀ ਜਿਹੜੀ ਹੈਗੀ ਮੇਨ ਗੇਟ ਦੇ ਉੱਤੇ ਖੜੀ ਰਹਿੰਦੀ ਹੈਗੀ ਸੋ ਪੁਲਿਸ ਟਾਈਮ ਤੇ ਮੌਕੇ ਤੇ ਨਹੀਂ ਪਹੁੰਚੀ ਜਿਹੜੀ ਇੰਨੀ ਵੱਡੀ ਘਟਨਾ ਇਹ ਨਹੀਂ ਕਹਿੰਦੇ ਮੈਂ ਕਹਿੰਦਾ ਵੀ ਸਰਕਾਰ ਦਾ ਫੇਲੀਅਰ ਹੈ ਇਹ ਮੇਰੀ ਤੁਸੀਂ ਗੱਲ ਸਮਝੋ ਜਦੋਂ ਬਾਰ ਬਾਰ ਬੇਅਦਬੀ ਦੀਆਂ ਘਟਨਾ ਵਾਪਰ ਰਹੀਆਂ ਨੇ ਦੋਸ਼ੀ ਨੂੰ ਕਦੇ ਕੋਈ ਸਖ਼ਤ ਸਜ਼ਾ ਨਹੀਂ ਮਿਲੀ ਕੁਛ ਦੇਰ ਬਾਅਦ ਦੋਸ਼ੀ ਸਜ਼ਾ ਜਵਾਨ ਤੇ ਬਾਹਰ ਆ ਜਾਂਦਾ ਹੈ ਔਰ ਇੱਕੋ ਗੱਲ ਨਿਕਲਦੀ ਹੈ ਜੀ ਇਹ ਪਾਗਲ ਹੈ ਜੀ ਇਹ ਮੰਦਬੁੱਧੀ ਹੈ ਹਾਲ ਤੱਕ ਇਹ ਨਹੀਂ ਦੱਸ ਸਕੇ ਵੀ ਇਹਦੇ ਪਿੱਛੇ ਕੌਣ ਹੈ ਕਿਹੜੀ ਤਾਕਤ ਹੈ ਜਾਂ ਕੌਣ ਕਰਵਾਉਣ ਵਾਲਾ ਹੈ ਤੇ ਸੰਗਤ ਦਾ ਰੋ ਵਾਧਾ ਜਾ ਰਿਹਾ ਜਦੋਂ ਮਹਿਲਾ ਨੂੰ ਲੈ ਕੇ ਆਉਂਦੇ ਹੈਗੇ ਸੋ ਮਹਿਲਾ ਕੋਈ ਸਪਸ਼ਟੀਕਰਨ ਦਿੰਦੀ ਹੈ ਕਿਸ ਹਾਲਾਤ 'ਚ ਆਉਂਦੀ ਹੈ ਉਹ ਪੂਰੀ ਨਸ਼ੇ ਦੀ ਹਾਲਤ ਸੀਗੀ ਤੇ ਉਹਨੂੰ ਕੋਈ ਪਰਵਾਹ ਨਹੀਂ ਸੀ ਝਗੜ ਰਹੀ ਸੀ ਇਹਨਾਂ ਨਾਲ ਸਾਰਿਆਂ ਸੋ ਤੁਸੀਂ ਮੌਕੇ ਤੇ ਸੀਗੇ ਨਹੀਂ ਮੈਂ ਮੌਕੇ ਤੇ ਮੈਨੂੰ ਜੋ ਦੱਸਿਆ ਗਿਆ ਮੈਨੂੰ ਜੋ ਸਾਡੇ ਸੇਵਾਦਾਰਾਂ ਨੇ ਦੱਸਿਆ ਜੋ ਹਾਲਾਤ ਸਾਨੂੰ ਦੱਸਿਆ ਉਹਦੇ ਮੁਤਾਬਕ ਉਹ ਪੂਰੇ ਨਸ਼ੇ ਸੀਗੀ ਤੇ ਇੱਥੇ ਉਹਨਾਂ ਨੇ ਝਗੜਾ ਕਰੀ ਸੇਵਾਦਾਰਾਂ ਨੇ ਉਹਨੂੰ ਲੈ ਕੇ ਆਏ ਨੇ ਬੀਬੀ ਜੀ ਪਵਿੱਤਰ ਸਥਾਨ ਤੇ ਕੀ ਕਰਦੀਆਂ ਉਹਨੂੰ ਕੋਈ ਸਦਬੋਧ ਨਹੀਂ ਸੀਗਾ ਜਦੋਂ ਸਰ ਮਹਿਲਾ ਨੂੰ ਲੈ ਕੇ ਆਉਂਦੇ ਹੈਗੇ ਸੋ ਉਹ ਗੱਲ ਆ ਜਾਂਦੀ ਹੈਗੀ ਕਿ ਪੁਲਿਸ ਆਖਿਰਕਾਰ ਗੇਟ ਦੇ ਉੱਤੇ ਤੈਨਾਤ ਹੁੰਦੀ ਹੈ PCR ਦੀ ਜਿਹੜੀ 24 ਘੰਟੇ ਦੀ ਜਿਹੜੀ ਉਰੇ ਡਿਊਟੀ ਹੈਗੀ ਆ ਸੋ ਕਿਉਂ ਨਹੀਂ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈਗਾ ਕਿਉਂ ਮਤਲਬ ਕਿ ਆਰਕਿਊ ਕਰਕੇ ਜਿਹੜਾ ਹੈਗਾ ਇੰਨਾ ਵਖਵਾ ਜਿਹੜਾ ਉਰੇ ਕੱਢ ਵਖਵਾ ਨਹੀਂ ਜਦ ਤੋਂ ਲੈ ਗਿਆ ਸਾਡੇ ਮਰੀਜ਼ ਨੂੰ ਦੱਸਿਆ ਉਹਨੇ ਜਦੋਂ ਪੁਲਿਸ ਨੂੰ ਫੋਨ ਕੀਤਾ ਤੇ ਰਾਤ ਦਾ ਸਮਾਂ ਸੀਗਾ ਤੇ ਜਦੋਂ ਪੁਲਿਸ ਆਈ ਜਦ ਤੱਕ ਉੱਥੇ ਜਿਹੜਾ ਸੀਗਾ ਬੰਦਾ ਨਹੀਂ ਬਰਦਾਸ਼ਤ ਕਰ ਸਕਿਆ ਕਿਉਂਕਿ ਬਾਰ ਬਾਰ ਬੰਦੇ ਨੇ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਸੀਗੀ ਮੌਕੇ ਤੇ ਸੋ ਮਹਿਲਾ ਕਿੱਥੇ ਦੀ ਰਹਿਣ ਵਾਲੀ ਸੀ ਉਹਦੀ ਤਲਾਸ਼ੀ ਤੋਂ ਕੀ ਕੁਝ ਮਿਲਿਆ ਉਹ ਪੁਲਿਸ ਦੱਸ ਸਕਦੀ ਤਾਂ ਉਹਦੇ ਕੋਲ ਸਾਰਾ ਜਿਹੜੇ ਸੀਗਾ ਜੋ ਕੁਝ ਮਿਲੇ ਪੁਲਿਸ ਕੋਲ ਇਹ ਤੁਸੀਂ ਪੁਲਿਸ ਨੂੰ ਪੁੱਛ ਸਕਦੇ ਹੋ ਕੌਣ ਕਿ ਮਹਿਲਾ ਦੇ ਵਿੱਚ ਕਹਿੰਦੇ ਕੋਈ ਨਸ਼ੇ ਦੀ ਹਾਲਾਤ ਸੀਗੀ ਸੋ ਨਸ਼ੇ ਦੀ ਵੀ ਚੀਜ਼ਾਂ ਵੀ ਮਿਲੀਆਂ ਸੀਗੀਆਂ ਜਿਹਦੇ ਕੋਲ ਉਹਦੇ ਕੋਲ ਸ਼ਰਾਬ ਦੀ ਬੋਤਲ ਸੀਗੀ ਜਿਹੜੀ ਉਹ ਫੜੀ ਗਈ ਹੈ ਮੌਕੇ ਤੇ ਤੇ ਉਹਨੇ ਇੱਥੇ ਉਹਦੇ ਨਾਲ ਇੱਥੇ ਸਾਡੇ ਕਿਸੇ ਸੰਗਤ ਦੇ ਉੱਪਰ ਵੀ ਉਹਨੇ ਉਹਦੇ ਨਾਲ ਹਮਲਾ ਕੀਤਾ ਤੇ ਉਹ ਤਾਂ ਜਿਹੜੀ ਬੋਲ ਵੀ ਨਹੀਂ ਸਕਦੀ ਸੀਗੀ ਇੰਨੀ ਨਸ਼ੇ ਦੀ ਹਾਲਤ ਵਿੱਚ ਵੀ ਸ਼ਰਧਾਲੂ ਜੁੜੇ ਹੋਏ ਨੇ ਨਾਲ ਵੀ ਗੱਲਬਾਤ ਕਰਦੇ ਮੈਂ ਜੀ ਕੀ ਨਾਮ ਹਰਨੇਕ ਸਿੰਘ ਜੀ ਹਰਨੇਕ ਸਿੰਘ ਜੀ ਪੂਰਾ ਮਾਮਲਾ ਕੀ ਸੀਗਾ ਇਹ ਜਿਹੜਾ ਮਾਮਲਾ ਦੇਖੋ ਪਟਿਆਲਾ ਸ਼ਹਿਰ ਦੇ ਵਿੱਚ ਲਗਾਤਾਰ ਨਾ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੱਧ ਰਹੀ ਹੈ 20 ਵਾਰ ਹੋਟਲਾਂ ਦੇ ਵਿੱਚ ਇੰਨੇ ਖੁੱਲ ਚੁੱਕੇ ਰਾਤ ਨੂੰ 12 ਵਜੇ ਤੱਕ ਲੜਕੀਆਂ ਸ਼ਰਾਬਾਂ ਪੀ ਰਹੀਆਂ ਨੇ ਕਾਰਨ ਇਹੀ ਹੈ ਵੀ ਸਰਕਾਰ ਨੂੰ ਸਖਤੀ ਵਰਤਣੀ ਚਾਹੀਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸਖਤੀ ਵਰਤਣੀ ਚਾਹੀਦੀ ਹੈ ਸੋ ਸ਼ਕਤੀ ਵਰਤਨ ਦੀ ਜਿਹੜੀ ਹੈਗੀ ਆ ਜ਼ਰੂਰ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਪਰ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਆ ਇਹ ਜਿਹੜੀਆਂ ਤਸਵੀਰਾਂ ਨੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀਆਂ ਇਹ ਸਪੋਟ ਹੈਗੀ ਆ ਜਿੱਥੇ ਲੇਡੀਜ਼ ਖੜੀ ਹੁੰਦੀ ਆ ਉਹਦੇ ਸਰੇਆਮ ਪਈਆਂ ਗਈਆਂ ਇੱਕ ਤੋਂ ਬਾਅਦ ਇੱਕ ਤਾਬੜ ਤੋੜ 5 ਗੋਲੀਆਂ ਮਾਰ ਦਿੱਤੀਆਂ ਜਾ ਸੋ ਇੱਕ ਜਿਹੜਾ ਸ਼ਰਧਾਲੂ ਹੈਗਾ ਉਹ ਵੀ ਜਿਹੜਾ ਜ਼ਖਮੀ ਹੋ ਜਾਂਦਾ ਹੈ ਉਸ ਤੋਂ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ CCTV ਕੈਮਰਾ ਇਹ CCTV ਕੈਮਰੇ ਦੇ ਵਿੱਚ ਪੂਰੀ ਜਿਹੜੀ ਹੈਗੀ ਹੈ ਘਟਨਾ ਜਿਹੜਾ ਕ੍ਰਮ ਹੈਗਾ ਜੋ ਕੈਦ ਹੋਇਆ ਹੈਗਾ ਉਹ ਪਰਮਿੰਦਰ ਕੌਰ ਦੀ ਜਿਹੜੀ ਹੈ ਮੌਕੇ ਤੇ ਹੀ ਡੈਥ ਹੋ ਗਈ ਹੈਗਾ ਸੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਨਿਰਮਲ ਸਿੰਘ ਜਿਹੜਾ ਹੈਗਾ ਨਿਰਮਲ ਸਿੰਘ ਵੱਲੋਂ ਜਿਹੜੀ ਹੈ ਆਪਣੀ ਜਿਹੜਾ ਰਿਵਾਲਵਰ ਜਿਹੜਾ ਉਹਨਾਂ ਦਾ ਅਸਲਾ ਸੀਗਾ ਲਾਇਸੈਂਸੀ ਅਸਲੇ ਦੇ ਨਾਲ ਇੱਕ ਤੋਂ ਬਾਅਦ ਇੱਕ 5 ਗੋਲੀਆਂ ਉਹਦੇ ਮਾਰ ਦਿੱਤੀਆਂ ਜਾਂਦੀਆਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਉਸ ਤੋਂ ਬਾਅਦ ਪੁਲਿਸ ਵੀ ਪਹੁੰਚਦੀ ਹੈ ਸੋ ਪੁਲਿਸ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਉਹ ਲੈ ਜਾਂਦੀ ਹੈਗੀ ਸੋ ਸੂਤਰਾਂ ਮੁਤਾਬਕ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਆ
ਸੋ ਸੂਤਰਾਂ ਤੋਂ ਜੋ ਵੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਐਸ ਜੀ ਪੀ ਸੀ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਜਿਹੜਾ ਹੈਗਾ ਇਤਿਹਾਸਕ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਪਹੁੰਚ ਸਕਦੇ ਨੇ ਸੋ ਇਸ ਤੋਂ ਪਹਿਲਾਂ ਜਿਹੜਾ ਹੈਗਾ 10:15 ਵਜੇ ਜਿਹੜਾ ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਇਹ ਤਮਾਮ ਜਾਣਕਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਜੋ ਵੀ ਬੇਅਦਬੀ ਕਰਦਾ ਹੈਗਾ ਉਹਦੇ ਖਿਲਾਫ਼ ਜਿਹੜਾ ਹੈਗਾ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈਗਾ।